ਜਹੋਂ ਕੰਚਨ ਭਇਓ ਸ਼ਬਦ ਗੁਰੂ ਸਰਵਣ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਲ ਧਾਰੈ ਪਾਹਣ ਮਾਨਤ ਕਰੈ ਗਿਆਨ ਗੁਰ ਕਹਿਓ ਵਿਚਾਰ ਪਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦ੍ਰਿਤ ਤਿਨਕੇ ਗਏ ਸਤਿਗੁਰ ਚਰਨ ਨੂੰ ਪਰਸਿਆ ਸੇ ਪਸ ਪਰੇਤ ਸੁਰਨ ਨਰ ਭਇਆ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰਨ ਨਰ ਭਇਆ ਸੋ ਕਹ ਬਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਖ ਤੁਖ ਸੰਮਨੀ ਨੂਰ ਅਰਸੋਂ ਪੁਰਸੋਂ ਚੱਪੀਐ ਬਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਬਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਟੋਡੀ ਮਹੱਲਾ ਪੰਜਵਾਂ ਸਦਾ ਕੁਆਰੀ ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ ਹਰ ਵਿਸਰਤ ਸਦਾ ਕੁਆਰੀ ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਮਾਇ ਰਾਖੋ ਕਿਰਪਾ ਧਾਰੀ ਸੋ ਸੁਖੀਆ ਧਨ ਸੁਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਸੁਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਮਿੱਤਰ ਹਜ਼ੂਰੀ ਅੰਦਰ ਸੁਸ਼ੋਭਿਤ ਗੁਰੂ ਕਾ ਸਰੂਪ ਗੁਰੂ ਕੀ ਪਰਮ ਸਨਮਾਨ ਜੋ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪੁੱਤਰ ਮਹਾਂਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੰਜਵੇਂ ਸਰੂਪ ਸ਼ਹੀਦ ਸ਼੍ਰੋਮਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਰਾਹੀਂ ਟੋਡੀ ਰਾਗ ਵਿੱਚ ਦਇਆ ਮਾਇਆ ਕੀਤੀ ਹੈ। 711 ਅੰਗੁਰ ਇਹ ਪਾਵਨ ਪੁੱਤਰ ਮਹਾਂਵਾਕ ਪ੍ਰਾਰੰਭ ਹੁੰਦਾ ਹੈ। ਗੁਰੂ ਦੇਵ ਮਿਹਰਾਂ ਕਰ ਰਹੇ ਹਨ, ਹਰ ਵਿਸਤ ਸਦਾ ਕੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤਿਹਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤਿਹਾਰੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਮਹਾਂਵਾਕ ਵਿੱਚ
ਸਿਮਰਨ ਦੀ ਮਹਿਮਾ ਦੱਸਾ। ਜਿਸ ਮਨੁੱਖ ਨੂੰ ਵਾਹਿਗੁਰੂ ਵਿਸਰ ਜਾਵੇ ਉਹਦੇ ਗਲਦੇ ਵਿੱਚ ਸਦਾ ਹੀ ਖੁਆਰੀ ਪੈਂਦੀ। ਖੁਆਰੀ ਕੀ ਹੋਣਾ? ਕੋਈ ਕੰਮ ਨੇ ਜਿਹੜੇ ਬੰਦੇ ਦੇ ਪੂਰੇ ਨਾ ਹੋਣੇ, ਹਰੇਕ ਕੰਮ ਦੇ ਵਿੱਚ ਵਿਘਨ ਪੈਣਾ, ਬੇਰਸੀ ਹੋ ਜਾਣੀ ਹਰੇਕ ਕੰਮ ਦੇ ਵਿੱਚ, ਕਿਸੇ ਕੰਮ ਦੇ ਵਿੱਚ ਖੁਸ਼ੀ ਰਹਿਣੀ ਹੋਈ ਨਾ, ਜਿਹਨੂੰ ਵਾਹਿਗੁਰੂ ਭੁੱਲ ਜਾਵੇ। ਕਿਉਂਕਿ ਸਾਧ ਸੰਗਤ ਜਿਹੜੀ ਖੁਸ਼ੀ ਹੈ ਨਾ, ਜਿਹੜੀ ਉਹ ਸਾਰੀ ਆਤਮਾ ਦੇ ਵਿੱਚ ਵਸੀ ਹੋਈ ਹੈ। ਸੁੱਖ ਸਾਰਾ ਆਤਮਾ ਦੇ ਵਿੱਚ ਵਸਿਆ ਹੋਇਆ। ਜਿਹੜਾ ਵਾਹਿਗੁਰੂ ਨੂੰ ਭੁੱਲ ਜਾਣਾ ਉਹ ਆਪਣੇ ਆਪ ਨੂੰ ਹੀ ਭੁੱਲ ਜਾਣਾ, ਇਹ ਆਪਣੀ ਹੋਂਦ ਤੋਂ ਹੀ ਮੁਨਕਰ ਹੋ ਜਾਣਾ ਵੀ ਮੈਂ ਜਿਉਂਦਾ ਕਮਾਇਆ ਹੋਇਆ, ਆਪਣੇ ਆਪ ਨੂੰ ਹੀ ਵਿਸਾਰ ਦੇਣਾ ਹੈ। ਕਿਉਂਕਿ ਚੰਗਾ ਭਲਾ ਬੰਦਾ ਹੈ ਉਹਦੇ ਅੰਦਰ ਜੋਤ ਵਸਦੀ ਹੈ ਵਾਹਿਗੁਰੂ ਦੀ, ਜਿਹਦੇ ਕਰਕੇ ਜਾਣਦਾ ਹੈ। ਸੋ ਟਿੱਚਰ ਵਸੈ ਸਵੇਲੜੀ ਜਿੱਚਰ ਸਾਥੀ ਨਾਲ, ਸੰਸਾਰ ਓਨਾ ਚਿਰ ਤੱਕ ਜੀਵ ਓਨਾ ਚਿਰ ਤਾਂ ਹੀ ਤੁਰਦਾ ਫਿਰਦਾ ਨਾ ਜਿੰਨਾ ਚਿਰ ਤੇ ਸਾਥੀ ਆਤਮਾ ਨਾਲ ਹੈ। ਜਦ ਆਤਮਾ ਨਿਕਲ ਗਈ ਸਰੀਰ ਦੇ ਅੰਦਰੋਂ ਤੇ ਸਰੀਰ ਨੂੰ ਤਾਂ ਇਹਦੀ ਸਕੀ ਘਰ ਵਾਲੀ, ਇਹਦਾ ਘਰ ਵਾਲਾ ਉਹ ਵੀ ਪੁੱਛਦਾ ਕਿ ਜਿੰਨੀ ਛੇਤੀ ਹੋ ਗਈ ਨਹੀਂ, ਸਰੀਰ ਨੇ ਗਲ ਜਾਣਾ, ਇਹਨੂੰ ਚੱਕ ਕੇ ਮਸਾਣਾ ਸਾੜਿਆ ਦੱਬਿਆ। ਕੌਣ ਪੁੱਛਦਾ? ਸਰੀਰ ਨੂੰ। ਸੋ ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ ਹਨ, ਹਰ ਵਿਸਰਤ ਸਦਾ ਖੁਆਰੀ। ਜਿਸਨੇ ਵਾਹਿਗੁਰੂ ਨੂੰ ਭੁਲਾ ਦਿੱਤਾ, ਗੁਰੂ ਨੂੰ ਭੁਲਾ ਦਿੱਤਾ, ਸੇਵਾ ਨੂੰ ਭੁਲਾ ਦਿੱਤਾ, ਅਸਲ ਦੇ ਵਿੱਚ ਉਹ ਆਪਣੀ ਮੌਤ ਤੋਂ ਹੀ ਮੁਨਕਰ ਹੋ ਗਿਆ। ਉਹਨੂੰ ਪਤਾ ਹੀ ਨਹੀਂ ਹੈ ਵੀ ਮੇਰਾ ਟਿਕਾਣਾ ਕੀ ਹੈ, ਮੈਂ ਕੌਣ ਹਾਂ। ਉਹਦੇ ਗੱਲ ਖੁਆਰੀ ਪੈਂਦੀ ਹੈ। ਖੁਆਰੀ ਕੀ ਹੁੰਦੀ ਹੈ? ਕੋਈ ਕੰਮ ਨਾ ਬਣਨਾ, ਬੇਰਸੀ ਹੋਣੀ, ਹਰ ਕਰਮ ਦੇ ਵਿੱਚ ਦੁੱਖ ਖੜਾ ਹੋ ਜਾਣਾ, ਅਤੇ ਜਿੰਨੇ ਮਾੜੇ ਸੰਯੋਗ ਹਨ, ਦੁਸ਼ਮਣ ਹਨ ਜਿਹੜੇ, ਉਹ ਸਾਰੇ ਇਹਦੇ ਮਿੱਤਰ ਬਣ ਗਏ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਇਆ ਕਰਦੇ ਹਨ, ਫਿੱਟ ਅਵੇਹਾ ਜੀਰਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੋਏ। ਲਾਣਤ ਹੈ ਐਸੀ ਜ਼ਿੰਦਗੀ ਨੂੰ ਜਿਹੜਾ ਮਨੁੱਖ ਆਪਣੇ ਪੇਟ ਦਾ ਹੀ ਗੁਲਾਮ ਬਣ ਗਿਆ, ਆਪਣੇ ਜੀਵ ਦੇ ਰਸਾਂ ਦਾ ਗੁਲਾਮ ਹੋ ਗਿਆ। ਕਾਹਦੀ ਜ਼ਿੰਦਗੀ ਹੈ? ਲਾਣਤ ਹੈ ਐਸੀ ਜ਼ਿੰਦਗੀ ਨੂੰ। ਅਤੇ ਅੱਗੇ ਦਇਆ ਕਰਦੇ, ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੋਏ। ਸੱਚੇ ਨਾਮ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ, ਜਿਹਨੇ ਵਾਹਿਗੁਰੂ ਛੱਡ ਦਿੱਤਾ ਉਹ ਸਾਰੇ ਦੁਸ਼ਮਣਾਂ ਦੇ ਵਿੱਚ ਆ ਕੇ ਬੈਠ ਗਿਆ। ਉਹਦਾ ਵਾਸਾ ਦੁਸ਼ਮਣਾਂ ਦੇ ਵਿੱਚ ਹੋਏ ਜਿਹਨੇ ਨਾਮ ਛੱਡ ਦਿੱਤਾ ਨਾ। ਨਾਮ ਇਕੱਲਾ ਹੀ ਇੱਕ ਮਨੁੱਖ ਦਾ ਮਿੱਤਰ ਹੈ ਜਿਹੜਾ ਇਹਦੀ ਸਾਰੇ ਉੱਤੇ ਰਾਖੀ ਕਰਦਾ। ਜਿਹਨੇ ਨਾਮ ਛੱਡ ਦਿੱਤਾ, ਸੱਚ ਬੋਲਣਾ ਛੱਡ ਦਿੱਤਾ, ਸਾਧ ਸੰਗਤ ਛੱਡ ਦਿੱਤੀ, ਬਾਣੀ ਛੱਡ ਦਿੱਤੀ, ਸੇਵਾ ਸਿਮਰਨ ਛੱਡ ਦਿੱਤਾ, ਉਹਦੇ ਅਸਲ 'ਚ ਦੁਸ਼ਮਣ ਮਿੱਤਰ ਬਣ ਗਏ। ਪਰ ਉਹਨੂੰ ਪਤਾ ਨਹੀਂ ਲੱਗਦਾ ਵੀ ਮੇਰਾ ਭਲਾ ਕੌਣ ਕਰਨ ਵਾਲਾ। ਭਲਾ ਕਰਨ ਵਾਲੀ ਬਾਣੀ ਹੈ ਉਹ ਉਹਨੇ ਛੱਡ ਦਿੱਤੀ, ਅਤੇ ਦੁਸ਼ਮਣ ਨੇ ਉਹ ਮਿੱਠਾ ਬੋਲ ਕੇ ਉਹਦੇ ਨੁਕਸਾਨ ਖਾਤਰ ਉਹਦੇ ਦੁਆਲੇ ਇਕੱਠੇ ਹੋ ਗਏ। ਇਹ ਸਾਰੀ ਦੁਨੀਆਂ ਨਾਲ ਵਾਪਰ ਰਿਹਾ। ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੋਏ। ਸਾਰੇ ਦੁਸ਼ਮਣਾਂ ਨਾਲ ਪਿਆਰ ਪਾ ਲੈਂਦੇ ਜਿਹਨੇ ਸੱਚ ਛੱਡ ਦਿੱਤਾ, ਜਿਹਨੂੰ ਗੁਰੂ ਦਾ ਲੜ ਛੱਡ ਦਿੱਤਾ। ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ, ਹਰ ਵਿਸਰਤ ਸਦਾ ਖੁਆਰੀ। ਵਾਹਿਗੁਰੂ ਨੂੰ ਭੁੱਲਣ ਖਾਤਰ ਕਰਕੇ ਸਦਾ ਖੁਆਰੀ ਦਾ ਹਾਰ ਗਲ ਦੇ ਵਿੱਚ ਪਾ ਲਿਆ। ਤਾਂ ਕਾ ਧੋਖਾ ਤਹਾਂ ਵਿਆਪੈ ਜਗ ਤੋਂ ਹੋਰ ਤੁਹਾਰੀ। ਅਤੇ ਦੂਜੇ ਵਚਨ ਵਿੱਚ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਨੇ, ਉਸ ਮਨੁੱਖ ਨੂੰ ਧੋਖਾ ਕੌਣ ਦੇ ਸਕਦਾ ਹੈ ਜਿਹਨੇ ਆਪਣੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ, ਜਿਹਨੇ ਆਪਣੇ ਗੁਰੂ ਦੀ ਉਂਗਲ ਫੜ ਲਈ। ਉਂਗਲ ਫੜਨੀ ਕੀ ਹੈ? ਬਾਣੀ ਦਾ ਨਿਤਨੇਮ ਕਰਨਾ। ਸਵੇਰੇ ਉੱਠ ਕੇ ਖਾਣਾ ਅੰਨ ਜਲ ਖਾਣ ਤੋਂ ਪਹਿਲਾਂ ਨਹਾ ਧੋ ਕੇ ਸਤਿਗੁਰੂ ਦੀ ਬਾਣੀ ਦਾ ਜਾਪ ਕਰਨਾ, ਸਾਰਾ ਦਿਨ ਸਤਿਗੁਰੂ ਦੀ ਕਰਨੀ ਨੂੰ ਯਾਦ ਕਰਦਿਆਂ ਹੋਇਆਂ ਬਤੀਤ ਕਰਨਾ, ਇਹ ਗੁਰੂ ਦੀ ਉਂਗਲ ਫੜਨੀ। ਜਦੋਂ ਵੀ ਵਿਹਲ ਮਿਲੇ ਵਾਹਿਗੁਰੂ ਵਾਹਿਗੁਰੂ ਕਰਨਾ, ਜਦੋਂ ਵੀ ਵਿਹਲ ਮਿਲੇ ਬਾਣੀ ਦਾ ਪਾਠ ਕਰਨਾ, ਇਹ ਉਂਗਲ ਫੜਨੀ ਹੈ। ਅਤੇ ਹਜ਼ੂਰ ਦਇਆ ਕਰਦੇ ਨੇ, ਉਸ ਨੂੰ ਅਸੀਂ ਦਾਅਵੇ ਨਾਲ ਕਹਿੰਦੇ ਉਹਨੂੰ ਧੋਖਾ ਕੌਣ ਦੁਨੀਆਂ ਦੇ ਵਿੱਚ ਦੇ ਦਿਓ।
ਕੋਈ ਧੋਖਾ ਨਹੀਂ ਉਸ ਮਨੁੱਖ ਨੂੰ ਦੇ ਸਕਦਾ ਜਿਹਨੇ ਗੁਰੂ ਦਾ ਆਸਰਾ ਲਿਆ। ਤੇ ਅੱਗੇ ਇਸ ਉਪਦੇਸ਼ ਨੂੰ ਉਦਾਹਰਣ ਦੇ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦਇਆ ਕਰਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ ਸਭ ਜੈਸੇ ਅਰਜਾਰੀ। ਤੇ ਉਦਾਹਰਣ ਕਿੱਡੀ ਖੂਬਸੂਰਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤੀ ਹੈ ਕਿ ਬਿਨਾਂ ਸਿਮਰਨ ਤੋਂ ਜੀਵਨ ਐਸਾ ਜੀਵਨ ਸਾਡਾ ਬਲਦਾ ਹੈ ਜਿਵੇਂ ਲੱਕੜੀਆਂ ਬਲਦੀਆਂ ਅੱਗ ਬਲਦੀ ਰਹਿੰਦੀ ਆ ਬਾਲਣ ਪਾਉਂਦੇ ਹਾਂ, ਇਵੇਂ ਸਵਾਸਾਂ ਦੀ ਪੂੰਜੀ ਦੇ ਨਾਲ ਇਹ ਸਰੀਰ ਤੁਰਦਾ ਹੈ। ਸਵਾਸ ਜਿੰਨੇ ਲੰਘ ਜਾਂਦੇ ਨੇ ਬਲ ਜਾਂਦੇ ਨੇ ਖਤਮ ਹੋ ਜਾਂਦੇ ਨੇ। ਬਿਨਾਂ ਸਿਮਰਨ ਤੋਂ ਜੀਵਨ ਹੈ ਜਿਹੜਾ ਮਨੁੱਖ ਦਾ ਉਹ ਸੱਪ ਵਰਗਾ ਜੀਵਨ ਹੈ। ਸੱਪ ਦਾ ਕੀ ਜੀਵਨ ਹੈ ਕਿ ਬਾਈਬਲ ਦੇ ਵਿੱਚ ਵੀ ਗੱਲ ਆਉਂਦੀ ਹੈ। ਸਭ ਤੋਂ ਪਹਿਲਾਂ ਜਿਹੜੇ ਬਾਈਬਲ ਵਾਲੇ ਨੇ ਨਾ ਹਜ਼ਰਤ ਈਸਾ ਕਹਿੰਦੇ ਨੇ ਵੀ ਇਹਨੇ ਧੋਖਾ ਦਿੱਤਾ ਸੀ ਮਨੁੱਖ ਨੂੰ, ਮਨੁੱਖਤਾ ਨੂੰ ਧੋਖਾ ਦਿੱਤਾ ਵੀ ਤੂੰ ਜਿਹੜਾ ਈਡਨ ਬਾਗ ਹੈ ਉਹਦੇ ਵਿੱਚੋਂ ਫਲ ਖਾ ਲਾ ਸੀ ਉਹ ਖਾ ਲਾ ਅਤੇ ਤੈਨੂੰ ਕੁਛ ਨਹੀਂ ਹੋ ਸਕਦਾ। ਅਤੇ ਇਹਨੂੰ ਸਰਾਪ ਮਿਲਿਆ ਵੀ ਤੂੰ ਧਰਤੀ 'ਤੇ ਚੱਲ, ਤੈਂ ਮਨੁੱਖਤਾ ਨੂੰ ਧੋਖਾ ਮੰਦੇ ਨੂੰ ਧੋਖਾ ਦਿੱਤਾ, ਸਾਰੀ ਉਮਰ ਬੰਦਾ ਤੇਰਾ ਬੈਰੀ ਬਣਿਆ ਰਹੇ, ਤੇਰਾ ਮਨੁੱਖਤਾ ਦਾ ਵੈਰ ਰਹੇਗਾ। ਜਿੱਥੇ ਕਿਤੇ ਵੀ ਬੰਦਾ ਦੇਖਦਾ ਉੱਥੇ ਕਿਤੇ ਸੱਪ ਨੂੰ ਮਾਰਨ ਤੁਰ ਪੈਂਦੇ। ਅਤੇ ਗੁਰਬਾਣੀ ਹੈ ਜਿਹੜੀ, ਇਹ ਤਾਂ ਬਾਈਬਲ ਦੀ ਸਟੋਰੀ ਹੈ, ਜਿਹੜੀ ਗੁਰਬਾਣੀ ਹੈ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਸੱਪ ਹੈ ਨਾ ਸੱਪ ਦੇ ਸਿਰ ਦੇ ਵਿੱਚ ਜ਼ਹਿਰ ਹੈ, ਜ਼ਹਿਰ ਦੂਜਿਆਂ ਲਈ ਮੌਤ ਹੈ। ਜਿਸ ਮਨੁੱਖ ਦੇ ਮਨ ਵਿੱਚ ਗੰਦੇ ਖਿਆਲ ਹਨ, ਦੂਜਿਆਂ ਲਈ ਧੋਖਾ ਵਸਿਆ, ਦੂਜਿਆਂ ਲਈ ਝੂਠ ਵਸਿਆ ਹੋਇਆ, ਪਾਪ ਵਸਿਆ ਹੋਇਆ, ਜ਼ਹਿਰ ਭਰੀ ਹੈ ਦੂਜਿਆਂ ਦੇ ਲਈ, ਤੇ ਉਹਦਾ ਜੀਵਨ ਸੱਪ ਵਰਗਾ। ਜਿਵੇਂ ਸੱਪ ਨੂੰ, ਸੱਪ ਨਾ ਤਾਂ ਆਪ ਸ਼ਾਂਤ ਰਹਿੰਦਾ ਹੈ ਤੇ ਨਾ ਇਹ ਦੂਜਿਆਂ ਨੂੰ ਸ਼ਾਂਤ ਰਹਿ ਦਿੰਦਾ। ਆਪ ਸ਼ਾਂਤ ਕਿਉਂ ਨਹੀਂ ਰਹਿੰਦਾ? ਕਿਉਂਕਿ ਇਹਦੇ ਅੰਦਰ ਜ਼ਹਿਰ ਹੈ। ਇਸ ਜ਼ਹਿਰ ਕਰਕੇ ਇਹਦਾ ਸਾਰਾ ਸਰੀਰ ਧੜਮਦਾ ਹੈ। ਤੇ ਚੰਦਨ ਦਾ ਵਿਰਸ਼ ਹੈ ਜਿਹੜਾ, ਜਿੱਥੇ ਆਸਾਮ ਵਾਲੇ ਪਾਸੇ ਜਿਹੜਾ ਚੰਦਨ ਹੈ ਉੱਧਰ ਜ਼ਿਆਦਾ, ਉੱਥੇ ਸੱਪ ਚੰਦਨ ਨੂੰ ਲਪੇਟਾ ਮਾਰ ਕੇ ਰੱਖਦੇ ਨੇ। ਜਿੰਨਾ ਚਿਰ ਇਹ ਲਪੇਟਾ ਮਾਰ ਕੇ ਰੱਖਦਾ ਉਹਨਾਂ ਚਿਰ ਇਹਨੂੰ ਠੰਡ ਮਿਲਦੀ ਹੈ, ਜਦ ਛੱਡ ਦਿੰਦਾ ਫਿਰ ਇਹ ਧੜਮਣ ਲੱਗ ਜਾਂਦਾ। ਸੋ ਜਿਸ ਦੇ ਮਨ ਵਿੱਚ ਦੂਜਿਆਂ ਦੇ ਲਈ ਧੋਖਾ, ਦੂਜਿਆਂ ਲਈ ਚਲਾਕੀਆਂ, ਦੂਜਿਆਂ ਦੇ ਲਈ ਦੁੱਖ ਭਰਿਆ ਹੋਇਆ ਹੈ, ਤੇ ਉਸ ਮਨੁੱਖ ਦਾ ਮਨ ਸੱਪ ਮਨ ਨੂੰ ਤੜਫੇਗਾ। ਨਾ ਆਪ ਸ਼ਾਂਤ ਹੋਵੇਗਾ ਤੇ ਨਾ ਉਹ ਜਿਹੜਾ ਉਹ ਦੇਖ ਲਵੇ ਉਹ ਦੂਜੇ ਨੂੰ ਵੀ ਸ਼ਾਂਤ ਨਹੀਂ ਰੱਖਦਾ। ਸੱਪ ਨੂੰ ਦੇਖੇ ਤੇ ਹਰ ਬੰਦਾ ਤੜਫ ਪੈਂਦਾ ਹੈ, ਡਾਂਗ ਲੈ ਕੇ ਨੱਠ ਪੈਂਦਾ, ਮਗਰ ਜਾਂ ਇਹਨੂੰ ਮਾਰ ਦਿਓ ਤੇ ਨਹੀਂ ਇਹ ਸਾਰਿਆਂ ਡਰਦੇ ਨੇ। ਇਹ ਹਾਲ ਹੈ ਜਿਸਦੇ ਮਨ ਵਿੱਚ ਸਿਮਰਨ ਨਾ ਹੋਵੇ ਉਹਦਾ ਜੀਵਨ ਸੱਪ ਬਣ ਗਿਆ। ਸੋ ਸੱਪ ਹੈ ਜਿਹੜਾ ਇਹ ਜ਼ਹਿਰ ਕਰਕੇ ਇੰਨਾ ਡਰਦਾ ਹੈ ਮਨੁੱਖਤਾ ਤੋਂ ਕਿ ਇਹ ਸਾਰੀ ਉਮਰ ਅੱਖ ਨਹੀਂ ਝਮਕਦਾ। ਵੀ ਜੇ ਅੱਖ ਝਮਕ ਦਿੱਤੀ ਇੰਨੇ ਚੱਕ ਦੇ ਮੇਰੇ ਸਿਰ ਦੇ ਵਿੱਚ ਕੋਈ ਸੁਣਦਾ ਨਾ ਮਾਰ, ਅੱਖ ਨਹੀਂ ਝਮਕਦਾ ਸਾਰੀ ਉਮਰ, ਇਹੋ ਦੀ ਜ਼ਿੰਦਗੀ ਹੈ। ਸੋ ਆਪਾਂ ਕਈ ਵਾਰ ਦੇਖਦੇ ਹਾਂ ਜਿਹੜਾ ਬੋਲ ਬੋਲਦੇ ਨਾ, ਮੈਂ ਆਪਾਂ ਕਹਿੰਦੇ ਵੀ ਮੈਂ ਗਾਲਾਂ ਕੱਢੀਆਂ ਫਲਾਣੇ ਬੰਦੇ ਨੂੰ ਗਾਲਾਂ ਕੱਢਤੀਆਂ, ਮੇਰਾ ਦਿਲ ਠੰਡਾ ਹੋ ਗਿਆ। ਅਸਲ 'ਚ ਦਿਲ ਠੰਡਾ ਨਹੀਂ ਹੁੰਦਾ, ਜਿਹਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਨਾ ਉਹ ਜੇ ਉਹਦਾ ਸੁਭਾਅ ਚੰਗਾ ਹੋਵੇ ਉਹ ਗਾਲਾਂ ਨੂੰ ਨਾ ਮਨਜ਼ੂਰ ਕਰੇ ਉਹ ਤਾਂ ਠੰਡਾ ਖਾਰ ਬੈਠਾ ਰਹੇਗਾ, ਉਹਨੂੰ ਕੋਈ ਅਸਰ ਨਹੀਂ ਹੋਣਾ। ਜਿਸ ਮਨੁੱਖ ਨੇ ਗਾਲਾਂ ਕੱਢ ਦਿੱਤੀਆਂ ਉਹਦੇ ਹੱਥੋਂ ਤੀਰ ਚੱਲ ਗਿਆ, ਉਹਦਾ ਬੋਲਿਆ ਹੋਇਆ ਉਹਦੇ ਅੰਤਰ ਆਤਮਾ ਵਸ ਜਾਣਾ ਤੇ ਉਹ ਵਸਿਆ ਹੋਇਆ ਬੀਜ ਉਹਦੇ ਮਨ ਦੇ ਵਿੱਚ ਪਾ ਲਿਆ, ਤੇ ਜਦੋਂ ਉਸ ਬੀਜ ਨੂੰ ਪਾਣੀ ਮਿਲਿਆ ਉਹ ਜਿਹੇ ਖਿਆਲ ਇਕੱਠੇ ਹੋਏ ਉਹ ਜਿਹੀ ਸੰਗਤ ਦੇ ਵਿੱਚ ਬੈਠਾ ਉਹਦੇ ਅੰਦਰ ਫਿਰ ਤੜਨਾ ਸ਼ੁਰੂ ਹੋ ਗਈ, ਉਹ ਬੰਦਾ ਫਿਰ ਤੜਨੇਗਾ। ਜਿੰਨੀਆਂ ਗਾਲਾਂ ਦੂਜਿਆਂ ਨੂੰ ਕੱਢਾਂਗੇ ਦੂਜੇ ਦੇ ਅਸਰ ਹੋਵੇ ਨਾ ਹੋਵੇ, ਪਰ ਗਾਲਾਂ ਕੱਢਣ ਵਾਲਾ ਦੂਜੇ ਦਾ ਭੈੜਾ ਸੋਚਣ ਵਾਲਾ ਆਪਣੇ ਅੰਦਰ ਜ਼ਹਿਰ ਜ਼ਰੂਰ ਬੀਜ ਲੈਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਦੇ ਹਨ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਮੂਰਖ ਆਖੀਐ ਪਾਣਾ ਹੈ ਸਜਾ। ਕਿਸੇ ਨੂੰ ਫਿੱਕਾ ਬੋਲਣ ਵਾਲਾ, ਮਾੜਾ ਬੋਲਣ ਵਾਲਾ,
ਉਹਦਾ ਤਨ ਵੀ ਉਹਦਾ ਮਨ ਵੀ ਫਿੱਕਾ ਹੋ ਜਾਂਦਾ। ਫਿੱਕਾ ਕੀ ਹੁੰਦਾ? ਨਾ ਮਿੱਠਾ ਹੋਵੇ ਨਾ ਕੌੜਾ ਹੋਵੇ, ਕੋਈ ਰਸ ਨਾ ਹੋਵੇ ਜਿਹੜੇ ਚੀਜ਼ ਦੇ ਵਿੱਚ, ਉਹਨੂੰ ਫਿੱਕਾ ਕਹਿੰਦੇ ਹਨ। ਜਿਸ ਮਨੁੱਖ ਦੇ ਬੋਲ ਫਿੱਕੇ ਹੋ ਜਾਣ, ਭੈੜਾ ਬੋਲਣ ਵਾਲਾ, ਉਹਦਾ ਮਨ ਵੀ ਯੂਜ਼ਲੈਸ ਬਣ ਜਾਂਦਾ, ਸੁੱਕੀ ਲੱਕੜੀ ਬਣਦਾ, ਤਨ ਵੀ ਉਹਦਾ। ਜਿਹਦੇ ਮਨ ਤਨ ਦੇ ਵਿੱਚ ਕੋਈ ਰਸ ਨਾ ਹੋਵੇ, ਸੁੱਕੀ ਲੱਕੜੀ ਨੂੰ ਕੀ ਕਰਦੇ ਆ, ਉਹਦੇ ਆਲੇ ਦੁਆਲੇ ਗਰੀਬ ਆਦਮੀ ਗੇੜੇ ਕਰਦੇ ਨੇ ਵੀ ਕਾਹਦੇ ਨੂੰ ਧੱਕਾ ਮਾਰਦੇ, ਤੋੜ ਕੇ ਬਾਲਣ ਵਾਲਾ ਅੱਗੇ ਛੱਡ ਦੀਏ। ਉਹਦਾ ਬਾਲਣ ਵਾਲਾ ਆਦਮੀ ਦਾ, ਜਿਹੜੇ ਮਨੁੱਖ ਨੇ ਬਾਣੀ ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ ਹੈ, ਤੇ ਉਹਦੇ ਉਹਦਾ ਸਰੀਰ ਬਾਲਣ ਵਰਗਾ ਹੋ ਜਾਂਦਾ। ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੈ ਕਾਏ, ਉਹਨੇ ਹੇਠ ਜਲਾਈਐ ਬਾਲਣ ਸੁੰਦਰ। ਜਿਹੜਾ ਸਰੀਰ ਬਾਣੀ ਛੱਡ ਦੇਵੇ, ਨਾਮ ਛੱਡ ਦੇਵੇ, ਉਹ ਬਾਲਣ ਬਣ ਜਾਂਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਉਹ ਚੁੱਲ੍ਹੇ ਦੇ ਕੰਮ ਆਉਂਦਾ ਹੈ, ਸਾੜਿਆ ਜਾਂਦਾ, ਜਿਵੇਂ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਹੈ, ਇਵੇਂ ਉਹਦਾ ਸਰੀਰ ਸੜਦਾ ਹੈ। ਸੋ ਇਸ ਕਰਕੇ ਦਇਆ ਕੀਤੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਭ ਜੈਸੇ ਅਰਜਾਰੀ। ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਹੈ, ਉਹਦਾ ਜੀਵਨ ਸੱਪ ਵਰਗਾ, ਦੁੱਖਾਂ ਭਰਿਆ ਹੈ। ਨਵ ਖੰਡਨ ਕੋ ਰਾਜ ਕੁਮਾਵੇ, ਅੰਤ ਚਲਾ ਗੁਹਾਰੀ। ਸੋ ਸਿਰੇ ਦੀ ਉਦਾਹਰਣ ਗੁਰੂ ਜੀ ਨੇ ਦੇ ਦਿੱਤੀ ਹੈ। ਲੱਖਾਂ ਕਰੋੜਾਂ ਅਰਬਾਂਪਤੀ ਨਹੀਂ, ਇਹੋ ਜਿਹਾ ਮਨੁੱਖ ਨੌ ਖੰਡਾਂ ਦੇ ਉੱਤੇ ਰਾਜ ਕਰਨ ਵਾਲਾ ਚੱਕਰਵਰਤੀ ਰਾਜਾ ਵੀ ਜੇ ਬਣ ਜਾਵੇ, ਤਾਂ ਉਹ ਅੰਤ ਵੇਲੇ ਹਾਰ ਕੇ ਹੀ ਜਾਵੇਗਾ, ਅੰਤ ਵੇਲੇ ਰੋਂਦਾ ਜਾਵੇਗਾ ਧਰਤੀ। ਸਿਕੰਦਰ ਵਰਗਾ ਦੋਵੇਂ ਹੱਥ ਖਾਲੀ, ਉਹਨੇ ਹੁਕਮ ਕੀਤਾ ਸੀ ਵੀ ਜਦੋਂ ਮੈਂ ਮਰ ਜਾਵਾਂ ਨਾ, ਮਰਨ ਤੋਂ ਬਾਅਦ ਮੇਰੇ ਹੱਥ ਹਰ ਪੈਰ ਇਹ ਮੇਰੀ ਜਿਹੜੀ ਅਰਥੀ ਆ ਉਹ ਬਾਹਰ ਕੱਢੇ ਜਾਣ। ਉਹ ਕਹਿੰਦੇ ਵੀ ਇਹ ਤਾਂ ਮਰਜ਼ਾਦਾ ਨਹੀਂ, ਕਹਿੰਦੇ ਮਰਜ਼ਾਦਾ ਹੋਵੇ ਚਾਹੇ ਨਾ ਹੋਵੇ, ਮੈਂ ਇਹ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਮੈਂ ਦੁਨੀਆਂ ਦਾ ਜੇਤੂ ਕਹਾਉਂਦਾ ਸੀ। ਤੇ ਆਹ ਦੇਖ ਲਓ, ਨੰਗੇ ਪੈਰੀਆਂ ਖਾਲੀ ਹੱਥੀ ਜਾ ਰਿਹਾ ਦੁਨੀਆਂ ਦਾ ਜੇਤੂ, ਜਿਹਦੇ ਘੋੜਿਆਂ ਨਾਲ ਧਰਤੀ ਥਰ ਥਰ ਕੰਬਦੀ ਸੀ, ਆਹ ਮੇਰਾ ਹਾਲ ਹੋਇਆ। ਅੰਤ ਚਲਿਆ ਗੁਹਾੜੀ, ਅੰਤ ਨੂੰ ਹਾਰ ਕੇ ਜਾਵੇਗਾ। ਸੋ ਅੱਗੇ ਡਰੇ ਹੋਏ ਸਿੱਖ ਹੈ ਜਿਹੜਾ, ਅਰਦਾਸ ਕਰਦਾ ਮਹਾਰਾਜ ਸੱਚ ਹੈ ਜਿਹੜਾ ਇਹ ਵਰਤ ਕੇ ਹੀ ਰਹਿੰਦਾ, ਕਿਰਪਾ ਕਰੋ ਵੀ ਸਾਡਾ ਬਚਾ ਕਿਵੇਂ ਹੋਵੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੇਰਾ ਕਰਦੇ ਨੇ, ਗੁਣ ਨਿਧਾਨ ਗੁਣ ਤਿੰਨੀ ਗਾਏ ਜਾ ਕੋ ਕਿਰਪਾ ਤਾਰੀ। ਹੇ ਗੁਣ ਨਿਧਾਨ, ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਤੇਰੇ ਗੁਣ ਉਹੀ ਗਾ ਸਕਦਾ ਹੈ ਜਿਹਦੇ ਉੱਤੇ ਤੂੰ ਕਿਰਪਾ ਧਾਰਨ ਕਰ, ਕਿਰਪਾ ਧਾਰ ਕੇ ਜਿਹਦੇ ਹਿਰਦੇ ਅੰਦਰ ਵੱਸ ਜਾਵੇ। ਸੋ ਜਿਹੜੇ ਮਨੁੱਖਾਂ ਨੂੰ, ਜਿਹੜੀ ਸੰਗਤ ਨੂੰ ਗੁਰੂ ਕੇ ਦਰਸ਼ਨ ਕਰਨ ਦਾ ਸੁਭਾਗ ਹੁੰਦਾ ਹੈ, ਇਹ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਸਦਕਾ ਸੰਗਤ ਵਿੱਚ ਆ ਕੇ ਬੈਠਣਾ ਮਿਲਦਾ। ਬਿਨਾਂ ਕਿਰਪਾ ਤੋਂ ਸੰਗਤ 'ਚ ਨਾ ਕਥਾ ਨਾ ਕੀਰਤਨ ਕੋਈ ਸੁਣ ਨਹੀਂ ਆ ਸਕਦਾ, ਕਿਸੇ ਨੂੰ ਅਧਿਕਾਰ ਨਹੀਂ ਮਹਾਰਾਜ ਹੁੰਦੇ। ਬਿਨਾਂ ਕਿਰਪਾ ਦੇ ਸੰਗਤ ਵਿੱਚ ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਬਿਨਾਂ ਕਿਰਪਾ ਦੇ ਸਾਧੂ ਦੇ ਦਰਸ਼ਨ ਨਹੀਂ ਹੁੰਦੇ, ਬਿਨਾਂ ਕਿਰਪਾ ਦੇ ਬਾਣੀ ਨਹੀਂ ਪੜ੍ਹੀ ਜਾ ਸਕਦੀ। ਸੋ ਇਸ ਕਰਕੇ ਦਇਆ ਕਰਦਾ ਜਿਹਦੇ ਉੱਤੇ ਕਿਰਪਾ ਕਰਦਾ ਹੈ ਉਹਨੂੰ ਇਹ ਦਾਤ ਪ੍ਰਾਪਤ ਹੁੰਦੇ ਹੈ। ਬਿਨ ਸ਼ਬਦ ਹੈ ਅੰਤਰ ਹਨੇਰਾ, ਬਿਨਾਂ ਸ਼ਬਦ ਤੋਂ ਅੰਦਰ ਹਨੇਰਾ ਰਹਿੰਦਾ ਹੈ। ਮਨ ਦੇ ਵਿੱਚ ਚਾਨਣ ਨਹੀਂ ਹੋ ਸਕਦਾ ਜਿਹਦੇ ਅੰਦਰ ਸ਼ਬਦ ਨਹੀਂ ਹੈ, ਜਿਹੜਾ ਸ਼ਬਦ ਗਾਇਨ ਨਹੀਂ ਕਰਦਾ, ਸ਼ਬਦ ਨੂੰ ਪੜ੍ਹਦਾ ਨਹੀਂ ਹੈ, ਉਹਦੇ ਮਨ 'ਚ ਹਨੇਰਾ ਰਹੇਗਾ। ਹਨੇਰੇ ਵਾਲਾ ਜਿਹੜਾ ਉਹ ਦੁਖੀ ਹੁੰਦਾ ਸੰਸਾਰ ਦੇ ਵਿੱਚ, ਹਨੇਰੇ ਦਾ ਆਸਰਾ ਲੈ ਕੇ, ਤਾਂ ਸੱਪ ਹੈ ਜਿਹੜੀ ਰੱਸੀ ਆ, ਰੱਸੀ ਵੀ ਸੱਪ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਹੜੀਆਂ ਮਾੜੇ ਮੋਟੇ ਦੁੱਖ ਹੁੰਦੇ ਨੇ ਉਹ ਵੀ ਭਿਆਨਕ ਅੱਖਾਂ ਅੱਡ ਕੇ ਮੁੱਖ ਅੱਗੇ ਆ ਖੜਦੇ ਹਨ ਅਗਿਆਨਤਾ ਦੇ ਵਿੱਚ। ਇੰਨਾ ਡਰ ਅਰ ਭਰਮ ਮਨੁੱਖ ਦੇ ਮਨ ਅੰਦਰ ਇਹ ਅਗਿਆਨਤਾ ਪਾ ਦਿੰਦੀ ਹੈ। ਇਸ ਕਰਕੇ ਦਇਆ ਕਰਦੇ ਨੇ, ਗੁਣ ਨਿਧਾਨ ਗੁਣ ਤਿੰਨੀ ਗਾਏ ਜਾ ਕੋ ਕਿਰਪਾ ਧਾਰੀ, ਜਿਹਦੇ ਉੱਤੇ ਕਿਰਪਾ ਧਾਰ ਕੇ ਤੂੰ ਮਿਹਰ ਕਰੇ ਉਹ ਤੇਰੇ ਗੁਣ ਦੱਸ ਸਕਦਾ। ਸੋ ਸੁਖੀਆ ਧਨੁਸ ਜਨਮਾ ਨਾਨਕ, ਧਰਤੀ ਦੇ ਉੱਤੇ ਉਹੀ ਸੁਖੀ ਹੁੰਦਾ ਹੈ
ਉਸ ਦਾ ਆਉਣਾ ਇਸ ਸੰਸਾਰ ਵਿੱਚ ਧਨ ਹੈ, ਜਨਮ ਉਸ ਦਾ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਦੇ ਨੇ, ਜਿਹੜਾ ਨਾਮ ਜਪਣ ਵਾਲਾ ਨਾ, ਜਿਹਦੇ ਉੱਤੇ ਕਿਰਪਾ ਕਰਕੇ ਨਾਮ ਜਪਣ ਲਾਦ ਨੇ। ਤੇ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਉਦੋਂ ਬਲਿਹਾਰ ਹਾਂ, ਕਿਸੇ ਕਿਸੇ ਵਿਦਿਆਧਾਰੀ ਨੂੰ, ਕਿਸੇ ਚਤੁਰ ਮਨੁੱਖ ਨੂੰ, ਕਿਸੇ ਯੋਧੇ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਨੂੰ, ਕਿਸੇ ਕਰੋੜਾਪਤੀ ਨੂੰ, ਉਹ ਤੋਂ ਬਲਿਹਾਰ ਨਹੀਂ ਸਤਿਗੁਰੂ ਜਾਂਦੇ। ਕਿਸੇ ਸਰਕਾਰ ਦੇ ਮੁਖੀਏ ਤੋਂ, ਕਿਸੇ ਰਾਜੇ ਤੋਂ ਸਤਿਗੁਰੂ ਸਾਹਿਬ ਜੀ ਬਲਿਹਾਰ ਨਹੀਂ ਜਾਂਦੇ, ਪਰ ਨਾਮ ਜਪਣ ਵਾਲੇ ਤੋਂ ਬਲਿਹਾਰ ਜਾਂਦੇ। ਜਿਹੜਾ ਨਾਮ ਜਪਦਾ ਹੈ, ਕਿਉਂਕਿ ਉਹ ਆਪ ਨਾਮ ਜਪ ਕੇ ਸੁਖੀ ਹੁੰਦਾ ਹੈ, ਉਹਦੇ ਦਰਸ਼ਨ ਕਰਕੇ ਦੁਨੀਆਂ ਸੁਖੀ ਹੁੰਦੀ ਹੈ, ਦੁਨੀਆਂ ਦੇ ਉੱਤੇ ਪਰਉਪਕਾਰੀ ਉਹਦੀ ਦੇਹ ਆਉਂਦੀ ਹੈ, ਤੇ ਉਹਦੇ ਤੋਂ ਸਤਿਗੁਰੂ ਬਲਿਹਾਰ ਜਾਂਦੇ। ਸੋ ਸਤਿਗੁਰੂ ਜੀ ਦਇਆ ਕਰਦੇ ਨੇ ਗੁਰੂ ਅਰਜਨ ਸਾਹਿਬ ਕੇ ਬਾਣੀ ਪੜ੍ਹਨ ਵਾਲਾ ਜਿਹੜਾ ਹਰ ਗੁਣ ਗਾਵਤ ਪਰਉਪਕਾਰ ਨਿਤ ਤਿਸ ਰਸਨਾ ਕਾ ਮੋਲ ਕੁਛ ਨਾ। ਉਸ ਰਸਨਾ ਦਾ ਮੁੱਲ ਮੈਂ ਕੀ ਦੱਸਾਂ, ਜਿਹੜੀ ਰਸਨਾ ਵਾਹਿਗੁਰੂ ਦਾ ਨਾਮ ਜਪਦੀ ਹੈ ਨਾ, ਉਹ ਅਸਲ ਦੇ ਵਿੱਚ ਪਰਉਪਕਾਰ ਦਾ ਮੁੱਢ ਬਣ ਜਾਂਦਾ। ਜਿਹੜਾ ਨਾਮ ਜਪਣ ਲੱਗਦਾ ਨਾ, ਬਾਣੀ ਪੜ੍ਹਨ ਲੱਗ ਜਾਂਦਾ, ਉਹਦੇ ਸਰੀਰ ਕੋਲੋਂ ਸਤਿਗੁਰੂ ਪਰਉਪਕਾਰ ਜ਼ਰੂਰ ਕਰਾਉਂਗੇ। ਜਿਹੜਾ ਬਾਣੀ ਪੜ੍ਹੇਗਾ ਉਹ ਕੋਈ ਨਾ ਕੋਈ ਪਰਉਪਕਾਰ ਜ਼ਰੂਰ ਕਰੇਗਾ। ਪਰਉਪਕਾਰ ਦਾ ਮਤਲਬ ਹੁੰਦਾ ਦੂਜੇ ਦਾ ਭਲਾ ਕਰਨ ਦੇ ਲਈ ਉੱਚੇ ਕਰਮ ਕਰਨੇ, ਸ਼ੁਭ ਕਰਮ ਕਰਨੇ, ਇੱਛਾ ਰਹਿਤ ਹੋ ਕੇ, ਸਵਾਰਥ ਰਹਿਤ ਹੋ ਕੇ ਦੂਜੇ ਖਾਤਰ ਕਰਮ ਕਰਨੇ, ਉਹਨੂੰ ਕਹਿੰਦੇ ਨੇ ਪਰਉਪਕਾਰ। ਇਸ ਰਸਨਾ ਕਾ ਮੋਲ ਕਿਛ ਨਾਹੀਂ, ਹਰ ਗੁਣ ਗਾਵਤ ਪਰਉਪਕਾਰ ਨਿਤ ਇਸ ਰਸਨਾ ਰਸਨਾ ਕਾ ਮੋਲ ਕਿਛ ਨਾਹੀਂ। ਧਨ ਹੈ ਉਹ ਰਸਨਾ ਜਿਹੜੀ ਬਾਣੀ ਪੜ੍ਹਦੀ ਹੈ, ਕਿਉਂਕਿ ਉਹਦੇ ਰਾਹੀਂ, ਉਹਦੇ ਸਰੀਰ ਰਾਹੀਂ ਸਤਿਗੁਰੂ ਦੇ ਪਰਉਪਕਾਰ ਕਰਨਾ ਹੁੰਦਾ। ਇਸ ਕਰਕੇ ਸਤਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ, ਸਤਿਗੁਰੂ ਬਾਣੀ ਪੜ੍ਹਨ ਦਾ ਦਾਨ ਬਖਸ਼। ਪਰਉਪਕਾਰ ਜਿਹੜਾ ਕਰਦਾ ਹੈ ਦੁਨੀਆਂ ਦਾ, ਤਾਂ ਉਹਨੇ ਭਲਾ ਕਰਨਾ ਹੀ ਕਰਨਾ, ਆਪਣੇ ਭਲੇ ਤੋਂ ਵੀ ਨਹੀਂ ਉਹ ਬਚ ਸਕਦਾ, ਉਹਦਾ ਆਪਣੇ ਆਪ ਭਲਾ ਸਤਿਗੁਰੂ ਕਰਨਾ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਦਇਆਮਾਇਆ ਕੀਤੀ ਹੈ, ਸਤਿਗੁਰੂ ਕਿਰਪਾ ਕਰਨ ਇਸ ਉਪਦੇਸ਼ ਨੂੰ ਹਿਰਦੇ ਅੰਦਰ ਵਸਾਉਣ ਲਈ ਬਲਬੁੱਧ ਬਖਸ਼ਣ, ਤੇ ਆਈ ਸੰਗਤ ਦੀ ਆਪਣੇ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਕਰਨ, ਭੁੱਲਾਂ ਗਲਤੀਆਂ ਦੀ ਖਿਮਾ ਕਰ ਦੇਣੀ ਜੀ। ਆਓ ਪਦੇ ਬੁਲਾ ਕੇ ਗੁਰਦੇਵ ਦੇ ਚਰਨਾਂ ਦਾ ਸਾਰੇ ਉਹ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਰੂਪ ਨਿਰਭਉ ਨਿਰਵੈਰ।